ਚੋਣ ਸਮੀਖਿਆ ਦੀ ਰਿਪੋਰਟ ਹੈ। ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਪਹੁੰਚਦੇ ਨੇ। ਦਿੱਲੀ ਪਹੁੰਚ ਕੇ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੇ ਲਈ ਤਿਹਾੜ ਜੇਲ੍ਹ ਜਾਂਦੇ ਨੇ। ਸੰਦੀਪ ਪਾਠਕ ਨਾਲ ਜਾਂਦੇ ਨੇ, ਅਨੀਤਾ ਸੋਮ ਪ੍ਰਕਾਸ਼ ਵੀ ਨਾਲ ਸੀ, ਮਾਫ ਕਰਨਾ, ਅਨੀਤਾ ਕੇਜਰੀਵਾਲ ਵੀ ਨਾਲ ਸੀ। ਸੋ ਅਰਵਿੰਦ ਕੇਜਰੀਵਾਲ ਹੋਰਾਂ ਦੀ ਧਰਮ ਪਤਨੀ ਅਨੀਤਾ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਦੀ ਕਾਰਵਾਈ ਦੇਖਣ ਵਾਲੇ ਸੰਦੀਪ ਪਾਠਕ ਪੰਜਾਬ ਤੋਂ ਰਾਜ ਸਭਾ ਮੈਂਬਰ ਵੀ ਨੇ, ਉਹ ਵੀ ਨਾਲ ਨੇ ਅਤੇ ਭਗਵੰਤ ਮਾਨ ਹੋਣਾ। ਅਰਵਿੰਦ ਕੇਜਰੀਵਾਲ ਮੂਹਰੇ ਪੰਜਾਬ ਦੀ ਆ ਸਮੀਖਿਆ ਰਿਪੋਰਟ ਰੱਖਦੇ ਆ ਕਹਿੰਦੇ ਜੇਲ੍ਹ 'ਚ। ਹੁਣ ਵੈਸੇ ਸਿੱਧੀ ਰੱਖਣੀ ਤਾਂ ਔਖੀ ਹੋਣੀ, ਵਿਚਾਲੇ ਉਹ ਸ਼ੀਸ਼ੇ ਦੀ ਕੰਧ ਆ। ਸੋ ਕਹਿੰਦੇ ਫੋਨ 'ਤੇ ਗੱਲਬਾਤ ਹੋ ਰਹੀ ਸੀ, ਪਰ ਕਹਿੰਦੇ ਕਿ ਉੱਥੋਂ ਹੁਕਮ ਮਿਲ ਗਿਆ ਮੰਤਰੀ ਮੰਡਲ ਦੇ ਫੇਰ ਬਦਲ ਦਾ। ਉਹ ਜਿੱਦਾਂ ਹੀ ਇਹ ਚਰਚਾ ਚੱਲਦੀ ਹੈ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਹੋ ਰਹੀ ਪੰਜਾਬ ਦੇ ਵਿੱਚ ਮੰਤਰੀ ਮੰਡਲ ਨੂੰ ਲੈ ਕੇ ਤਿਆਰੀਆਂ ਕਰ ਰਹੇ ਨੇ, ਸੰਦੀਪ ਪਾਠਕ ਬੈਠਕਾਂ ਕਰ ਰਹੇ ਨੇ, ਅਤੇ ਆ ਅੱਠਾਂ ਮੰਤਰੀਆਂ ਦੇ ਕਹਿੰਦੇ ਜਿਨ੍ਹਾਂ ਦੇ ਹਲਕਿਆਂ 'ਚ ਹਾਰੇ ਨੇ, ਜਿੱਥੇ ਉਹਨਾਂ ਦੇ ਕੰਨ ਖੜ੍ਹੇ ਹੁੰਦੇ ਆ ਕਿ ਲੈ ਵੀ ਕੁਛ ਗੜਬੜ ਹੈ, ਉੱਥੇ ਜਿਹੜੇ ਨਵੇਂ ਦਾਅਵੇਦਾਰ ਹੈ ਉਹ ਵੀ ਦਿੱਲੀ ਦਾ ਰੁੱਖ ਕਰਦੇ ਆ। ਹੁਣ ਕੁਝ ਤਾਂ ਆਪਣੀ ਕੁਰਸੀ ਕਾਇਮ ਰੱਖਣ ਲਈ ਦਿੱਲੀ ਆਕਾਵਾਂ ਦੇ ਬੂਹੇ ਖੜਕਾ ਰਿਹਾ। ਕੋਈ ਅਨੀਤਾ ਕੇਜਰੀਵਾਲ ਤੱਕ ਪਹੁੰਚ ਕਰ ਰਿਹਾ, ਕੋਈ ਸੰਦੀਪ ਪਾਠਕ ਤੱਕ ਪਹੁੰਚ ਕਰ ਰਿਹਾ, ਕੋਈ ਭਗਵੰਤ ਮਾਨ ਨਾਲ ਰਾਬਤਾ ਕਰ ਰਿਹਾ, ਕੁਝ ਕਹਿੰਦੇ ਸੰਜੇ ਸਿੰਘ ਅਤੇ ਰਾਘਵ ਚੱਡਾ ਨਾਲ ਵੀ ਤਾਲਮੇਲ ਬਿਠਾਉਣ ਦੀ ਕੋਸ਼ਿਸ਼ਾਂ ਕਰ ਰਹੇ ਆ ਕਿ ਕਿਸੇ ਹਿੱਲੇ ਸਾਡੀ ਕੁਰਸੀ ਬਚੀ ਰਹੇ। ਸੋ ਇੱਕ ਪਾਸੇ ਉਹ ਹੈ, ਦੂਏ ਪਾਸੇ ਉਹ ਧਿਰਾਂ ਨੇ, ਉਹ MLA ਨੇ ਉਹਨਾਂ ਦੇ ਵਿੱਚੋਂ ਜਿਨ੍ਹਾਂ ਦੇ ਹਲਕਿਆਂ 'ਚ ਹਾਰੀ ਆਮ ਆਦਮੀ ਪਾਰਟੀ, ਉਹਨਾਂ ਨੂੰ ਵੀ ਫਿਕਰ ਹੈ, ਪਰ ਫਿਰ ਵੀ ਕਹਿੰਦੇ ਜਿਨ੍ਹਾਂ ਦੀ ਪਹੁੰਚ ਅਪਰੋਚ ਆ ਉਹ ਇੱਥੇ ਵੀ ਦਾਅ ਲਾਉਣ ਨੂੰ ਫਿਰਦੇ ਨੇ, ਅਤੇ ਜਿਹੜੇ ਆਪਣੇ ਹਲਕੇ ਨੂੰ ਰੀਡ ਦਵਾ ਕੇ ਆਏ ਨੇ ਉਹ ਕਹਿੰਦੇ ਜੀ ਟਿਕਟ ਤਾਂ ਸਾਡੀ ਪੱਕੀ ਆ ਅਤੇ ਹੁਣ ਮੰਤਰੀ ਮੰਡਲ 'ਚ ਵੀ ਲਓ, ਉਹਨਾਂ ਵੱਲੋਂ ਵੀ ਕੋਸ਼ਿਸ਼ਾਂ ਨੇ। ਸੋ ਹੁਣ ਇਸ ਜ਼ੋਰ ਅਜਮਾਇਸ਼ ਦੇ ਵਿੱਚ, ਕਿਉਂਕਿ ਇੱਕ ਸੀਟ ਖਾਲੀ ਹੋਣੀ ਹੈ ਮੀਥੇਅਰ ਨਾਲ, ਦੋ ਸੀਟਾਂ ਪਹਿਲਾਂ ਹੀ ਖਾਲੀ ਨੇ, ਤਿੰਨ ਤਾਂ ਤੈਅ ਨੇ ਕਿ ਤਿੰਨ MLA ਮੰਤਰੀ ਬਣ ਸਕਦੇ ਨੇ, ਪਰ ਜੇ 3 ਤੋਂ 4 ਦੀ ਛੁੱਟੀ ਹੋ ਗਈ ਫਿਰ ਇਹ ਗਿਣਤੀ 6 ਤੋਂ 7 ਹੋ ਜਾਣੀ ਆ ਵੱਧ ਕੇ। ਸੋ ਇਸ ਲਈ 6 ਤੋਂ 7 MLA ਹੁਣ ਉਮੀਦ ਪਾਲ ਰਹੇ ਨੇ ਕਿ ਸਾਡਾ ਦਾ ਲੱਗ ਜਾਓ, ਵੈਸੇ ਤਾਂ ਸਾਰੇ। ਚਲੋ ਜੀ, ਪੰਜਾਬ ਦੇ ਵਿੱਚ ਗਰਮੀ ਕਹਿਰ ਵਰਪਾ ਰਹੀ ਆ, ਮਾਨਸੂਨ ਦਾ ਇੰਤਜ਼ਾਰ ਆ, ਮੁੰਬਈ ਤੱਕ ਕੱਪੜ ਗਿਆ ਅਤੇ ਪੰਜਾਬ 'ਚ ਕਹਿੰਦੇ 27-28 ਜੂਨ ਤੋਂ ਬਾਅਦ ਕਦੇ ਵੀ ਪਹੁੰਚ ਸਕਦਾ। ਸੋ ਇੱਕ ਪਾਸੇ ਉਸ ਹਵਾਲੇ ਨਾਲ, ਕਿਉਂਕਿ ਅੱਧਾ ਜੂਨ ਤਾਂ ਲਗਭਗ ਲੰਘ ਗਿਆ ਭਾਈ, ਸੋ ਅੱਜ ਜੇ ਆਪਾਂ ਦੇਖੀਏ ਤਾਂ 12 ਜੂਨ ਹੋ ਗਈ, ਸੋ 12 ਜੂਨ ਦਾ ਦਿਨ ਲੰਘ ਗਿਆ ਅਤੇ ਲਗਭਗ ਮਤਲਬ ਅੱਧਾ ਮਹੀਨਾ ਤਾਂ ਲੱਗ ਗਿਆ ਨੇੜੇ, ਅਤੇ ਇਹਦਾ ਮਤਲਬ ਅਗਲੇ 13-14 ਦਿਨਾਂ ਦੇ ਦਰਮਿਆਨ ਹੀ ਮਾਨਸੂਨ ਇੱਧਰ ਨੂੰ ਆਉਣ ਦੇ ਆਸਾਰ ਨੇ, ਅਤੇ ਉਹਦੇ ਨਾਲ ਲੋਕਾਂ ਨੂੰ ਰਾਹਤ ਵੀ ਲੱਗਦਾ ਕਿ ਹਾਂ ਵੀ ਗਰਮੀ ਤੋਂ ਰਾਹਤ ਮਿਲੂਗੀ, ਪਰ ਪੰਜਾਬ ਦੇ ਲਈ ਇੱਕ ਫਿਕਰ ਵੀ ਖੜ੍ਹਾ ਹੁੰਦਾ। ਪਿਛਲੀ ਵਾਰ ਜਿਸ ਕਦਰ ਮੀਂਹ ਭਰੇ ਉਹਦੇ ਨਾਲ ਵੱਧ ਹੜ੍ਹ ਆਇਆ, ਮਤਲਬ ਇੰਨੇ ਮੀਂਹ ਨਹੀਂ ਪਏ ਜਿੰਨਾ ਹੜ੍ਹ ਆਇਆ। ਉਹਦੇ ਕਾਰਨ ਕਹਿੰਦੇ ਜੀ ਗੈਰ ਕਾਨੂੰਨੀ ਕਲੋਨੀਆਂ, ਉਹਦਾ ਜੀ ਨਿਕਾਸੀ ਦਾ ਸਹੀ ਪ੍ਰਬੰਧ ਨਹੀਂ, ਉਹਦਾ ਕਾਰਨ ਜੀ ਗੈਰ ਕਾਨੂੰਨੀ ਕਬਜ਼ੇ। ਅਤੇ ਕੱਲ੍ਹ ਮੈਂ ਜਦੋਂ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਨੂੰ ਲੈ ਕੇ ਬਿਜਲੀ ਵਿਭਾਗ ਨਾਲ ਮੀਟਿੰਗਾਂ ਕੀਤੀਆਂ, ਉਹ 'ਚ ਨਹਿਰੀ ਵਿਭਾਗ ਨੇ ਰਿਪੋਰਟ ਦਿੱਤੀ ਕਿ ਜੀ ਐਕਤੀ ਨਹਿਰੀ ਪਾਣੀ ਦਾ ਪ੍ਰਬੰਧ ਹੈ, ਅਸੀਂ ਨਹਿਰਾਂ ਦੀ ਸਫਾਈ ਸਫੂਈ ਕਰਾਤੀ, ਮੇਰੇ ਧਿਆਨ 'ਚ ਆਇਆ ਕਿ ਦੇਖਾਂ ਦਰਿਆਵਾਂ ਦੀ ਸਫਾਈ ਸਫੂਈ ਕਿੰਨੀ ਹੋ ਗਈ। ਪਿਛਲੀ ਵਾਰ ਸਤਲੁਜ 'ਚ ਘੱਗਰ 'ਚ ਜਿਸ ਕਦਰ ਹੜ੍ਹ ਆਏ ਉਹ ਸਫਾਈ ਕਿੰਨੀ ਹੋ ਗਈ, ਜਦੋਂ ਦੇਖਿਆ ਭਾਈ ਹਾਲਤ ਤਾਂ ਵੱਧ ਤੋਂ ਬੱਤਰ ਹੈ, ਉਹੀ ਹਾਲ ਹੈ। ਜੇ ਉਨਾ ਕੁ ਮੀਂਹ ਜਾਂ ਉਹਦੇ ਨਾਲ ਘੱਟ ਮੀਂਹ ਵੀ ਆਇਆ ਤਾਂ ਵੀ ਹੜ੍ਹ ਹੋਣਾ ਤਾਂ